ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, 14 ਮਾਰਚ ਜੋ ਕਿ ਸਿੱਖ ਵਾਤਾਵਰਨ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ, ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ, ਔਰ ਪੁਸਤਕ ਪ੍ਰੇਮ ਲਹਿਰ ਦੇ ਵੱਲੋਂ ਇਸ ਦਿਨ ਨੂੰ ਮਨਾਇਆ ਜਾ ਰਿਹਾ ਜੀ। ਵਾਤਾਵਰਨ ਦੇ ਸੰਬੰਧੀ ਜਿਹੜਾ ਲਿਟਰੇਚਰ ਹੈ ਉਹ ਘਰ ਘਰ ਪਹੁੰਚਾ ਕੇ, ਬਲਿਹਾਰੀ ਕੁਦਰਤ ਵਸਿਆ ਦਾ ਗੁਰੂ ਨਾਨਕ ਦਾ ਸੰਦੇਸ਼, ਉਸ ਸੰਦੇਸ਼ ਨੂੰ ਘਰ ਘਰ ਪਹੁੰਚਾ ਕੇ ਇਸ ਨਾਲ ਸੰਬੰਧਿਤ ਜਿਹੜਾ ਮਾਰਚ ਮਹੀਨੇ ਦਾ ਅਸੀਂ ਸੈੱਟ ਭੇਜ ਰਹੇ ਹਾਂ, ਉਹਦੇ ਵਿੱਚ ਇੱਕ ਪੁਸਤਕ ਜਿਹੜੀ ਵਾਤਾਵਰਨ ਦੇ ਨਾਲ ਸੰਬੰਧਿਤ ਪੁਸਤਕ ਪਾਠਕਾਂ ਦੇ ਤੱਕ ਪਹੁੰਚਾਈ ਜਾਏਗੀ। ਨਾਲ ਦੀ ਨਾਲ ਈਕੋ ਸਿੱਖ ਦੇ ਵੱਲੋਂ ਛਾਪਿਆ ਗਿਆ ਜਿਹੜਾ ਵਾਤਾਵਰਨ ਦੀ ਸੰਭਾਲ ਕਿਸ ਤਰ੍ਹਾਂ ਕਰੀਏ, ਵਾਤਾਵਰਨ ਦੀ ਸੰਭਾਲ ਦੇ ਲਈ ਕੁਝ ਨੁਕਤੇ, ਉਹ ਲਿਟਰੇਚਰ ਛੋਟੇ ਛੋਟੇ ਪੈਂਫਲੇਟ ਸੰਗਤ ਦੇ ਤੱਕ, ਪਾਠਕਾਂ ਦੇ ਤੱਕ ਪਹੁੰਚਾਏ ਜਾ ਰਹੇ ਨੇ। ਔਰ ਤੁਹਾਨੂੰ ਵੀ ਸਾਰਿਆਂ ਨੂੰ ਇਹ ਸੰਦੇਸ਼, ਇਹ ਬੇਨਤੀ ਹੈ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਵਾਤਾਵਰਨ ਦੀ ਸੰਭਾਲ ਦੇ ਬਾਰੇ ਯਤਨਸ਼ੀਲ ਹੋਈਏ ਔਰ ਸਿੱਖ ਵਾਤਾਵਰਨ ਦਿਵਸ ਦੇ ਵਿੱਚ ਆਪਣਾ ਯੋਗਦਾਨ ਪਾਈਏ। ਮੇਰੀ ਬੇਨਤੀ ਹੈ ਕਿ ਤੁਸੀਂ ਵੀ ਜਿਸ ਵੀ ਸੰਸਥਾ ਨਾਲ ਤੁਸੀਂ ਰਿਲੇਟਡ ਹੋ ਜਾਂ ਗੁਰਦੁਆਰਾ ਜਾਂ ਗੁਰੂ ਘਰ 'ਚ ਕਿਤੇ ਵੀ ਤੁਸੀਂ ਸਿੱਖ ਲੋਕ ਬੈਠੇ ਹੋ, ਇਹੀ ਮੌਕਾ ਹੈ ਕਿ ਗੁਰੂ ਹਰਿਰਾਏ ਜੀ ਦੇ ਜੀਵਨ ਦਾ ਜਿਹੜਾ ਸੰਦੇਸ਼ ਹੈ ਉਹਨੂੰ ਅਸੀਂ ਸਿੱਖਾਂ ਤੱਕ ਪਹੁੰਚਾਈਏ ਅਤੇ ਉਹਨਾਂ ਦੇ ਜੀਵਨ ਦੀ ਜਿਹੜੀ ਇੱਕ ਉਹ ਹੈ ਨਾ ਅੰਦਰਲੀ ਵਿਜ਼ਨ, ਉਹਨੂੰ ਉਜਾਗਰ ਕਰੀਏ। 14 ਮਾਰਚ ਨਾ ਭੁੱਲਿਓ, ਇਹੀ ਮੌਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।